ਲੰਗ ਚੱਲੀ ਏ ਬਹੁਤੀ ਮਿੱਤਰੋ ਕਰਦਿਆਂ ਮੇਲਾ ਮੇਲਾ ਤੇ ਝੜ ਗਏ ਦੰਦ ਮੋਤੀਆਂ ਵਰਗੇ ਬਣ ਗਿਆ ਮੂੰਹ ਕਰੇਲਾ ਪ੍ਰੋਗਰਾਮ ਸਹਿਤਿਕ ਤੰਦਾਂ ਵੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਅਸ਼ੋਕਪੁਰਾ ਵੱਲੋਂ ਨਿਗਾ ਸਵਾਗਤ ਹੈ ਜੀ ਆਇਆਂ ਨੂੰ ਕਿਤਾਬਾਂ ਦੀਆਂ ਕਹਾਣੀਆਂ ਸੁਣਾਉਣੇ ਆ ਪੰਜਾਬੀ ਸਾਹਿਤ ਚ ਜਿਨ੍ਹਾਂ ਰੰਗਾਂ ਨੇ ਬੜੀ ਲਿ ਸਕੋਰ ਮਾਰੀ ਆ ਜਿਨ੍ਹਾਂ ਨੇ ਨਵਾਂ ਚਾਨਣ ਦਿੱਤਾ ਉਹਨਾਂ ਦੀ ਗੱਲ ਕਰਦੇ ਆ ਇਸ ਕਰਕੇ ਅੱਜ ਗੁਰਵੰਸਕ ਔਰ ਗਿੱਲ ਹੋਰਾਂ ਦੀ ਪੁਸਤਕ ਇੱਕ ਲੱਪ ਚਾਨਣ ਦੀ ਇਹਦੀ ਗੱਲ ਕਰਾਂਗੇ ਜਿਹਨੂੰ ਪ੍ਰਤੀਕ ਪਬਲਿਕੇਸ਼ਨ ਪਟਿਆਲਾ ਨੇ ਛਾਪਿਆ ਕੀਮਤ 200 ਰੁਪਏ ਆ ਤੇ ਇੱਕ ਹਫਤਾ ਦੀ ਖੁੱਲੀ ਕਪਤਾ ਦੀ ਕਿਤਾਬ ਹੈ ਜਿਹਦੇ ਵਿੱਚ ਇਨੀਆਂ ਬਣ ਗਈਆਂ ਨੇ ਇਨੇ ਜ਼ਿੰਦਗੀ ਦੇ ਰੰਗ ਨੇ ਕਿ ਬੰਦਾ ਮਹਿਸੂਸ ਕਰਦਾ ਕਿ ਬਾਪਰਦਾ ਤੇ ਸਾਰਿਆਂ ਦੀ ਜ਼ਿੰਦਗੀ 'ਚ ਕੁਝ ਨਾ ਕੁਝ ਹੈ ਪਰ ਕਿੰਨੇ ਕੁ ਲੋਕ ਨੇ ਜਿਹੜੇ ਸਤਰਕ ਹੋ ਕੇ ਵੇਖਦੇ ਨੇ ਕਿ ਜੋ ਹੁਣੇ ਬਾਪਰ ਕੇ ਹਟਿਆ ਉਹ ਮੇਰੀ ਜ਼ਿੰਦਗੀ 'ਚ ਕਰਕੇ ਕੀ ਗਿਆ ਤੇ ਮੇਰੀ ਜ਼ਿੰਦਗੀ 'ਚ ਓਕੇ ਕੀ हटਿਆ ਮੈਨੂੰ ਰਾ ਮੈਨੂੰ ਗੀਤ ਗਾਉਣ ਦਾ ਚਾਹ ਠੰਡੀ ਮਿੱਠੀ ਮਿਠੜੀ ਚਾਨਣੀ ਵਿੱਚ ਮੈਨੂੰ ਗੀਤ ਗਾਉਣ ਦਾ ਚਾਹ ਠੰਡੀ ਮਿਠੜੀ ਚਾਨਣੀ ਵਿੱਚ ਪ੍ਰੀਤਾਂ ਪਾਉਣ ਦਾ ਚਾਹ ਪੂਰੇ ਦੀਆਂ ਹਵਾਵਾਂ ਦੇ ਵਿੱਚ ਖੋ ਜਾਣ ਦਾ ਚਾਹ ਕਿਰਦਰੇ ਦੂਰ ਦਰੇਡੇ ਜਾ ਕੇ ਹੰਝੂ ਕੇਰਨ ਦਾ ਚਾਹ ਇਸ਼ਕਾਂ ਦੀ ਦੁਨੀਆ ਵਿੱਚ ਜਾ ਕੇ ਗਮਖਾਨ ਦਾ ਚਾ ਕਿਸੇ ਦੇ ਨੈਣਾ ਵਿੱਚ ਛੁਪ ਕੇ ਵਸ ਜਾਣ ਦਾ ਚਾ ਡੁਸਕ ਡੁਸਕ ਕੇ ਬਿਲਕ ਬਿਲਕ ਕੇ ਦਿਲ ਪਰਚਾਉਣ ਦਾ ਚਾ ਇਨਾ ਚਾਮਾਂ ਚੋਂ ਗੁਰਵੰਸ ਕੌਰ ਦੀ ਇਹ ਪੁਸਤਕ ਇਕ ਲਪ ਚਾਨਣ ਨਿਕਲੀ ਆ ਉਮਰ ਦਾ ਪੰਧ ਕੋਈ ਵੀ ਹੋਵੇ ਉਮਰ ਦਾ ਬਰਾ ਕੋਈ ਵੀ ਹੋਵੇ ਪਰ ਜਿਵੇਂ ਸਦਾਂਤਕ ਤੌਰ ਤੇ ਕਿਹਾ ਜਾਂਦਾ ਇਹ ਖਿਆਲ ਪ੍ਰਗਟਾਇਆ ਜਾਂਦਾ ਕਿ ਬੰਦਾ ਅਸਲ ਚ ਅੰਦਰੋਂ ਕਦੇ ਬਿਨੀ ਬੁੱਢਾ ਹੁੰਦਾ ਨਾ ਦਿਲ ਤੋਂ ਨਾ ਦਿਮਾਗ ਤੋਂ ਪਰ ਤੁਹਾਡਾ ਸਰੀਰ ਜਿਹੜਾ ਉਹ ਖਫ ਗਿਆ ਹੁੰਦਾ ਪਰ ਜੇ ਤੁਹਾਡੇ ਖਿਆਲ ਜੁਹਦੇ ਨੇ ਤੁਹਾਡੇ ਅੰਦਰ ਸ਼ਾਇਰੀ ਜੁਹਦੀ ਹੈ ਜਜ਼ਬਾਤ ਪ੍ਰਗਟਾਉਣੇ ਆਉਂਦੇ ਨੇ ਤਾਂ ਸਮਝ ਲਓ ਜ਼ਿੰਦਗੀ ਦੀ ਉਮਰ ਕੋਈ ਵੀ ਹੋਵੇ ਤੁਸੀਂ ਸਫਲ ਹੋ ਅੰਦਾਜ਼ਨ ਅਸੀਂ ਬਰਿਆਂ ਦੇ ਕਰੀਬ ਉਮਰ ਹੈ ਗੁਰਮੁਖ ਕੋਰ ਗਿੱਲ ਖੁਰਾ ਦੀ ਵਰਜੀਨੀਆਸ ਰਹਿੰਦੇ ਨੇ ਪਰ ਇੱਥੇ ਆ ਕੇ ਵੀ ਉਹਨਾਂ ਨੇ ਭਾਵੇਂ ਦੁੱਖੜੇ ਕਿੰਨੇ ਵੀ ਆਏ ਹੋਣ ਵਕਤ ਕਿਦਾਂ ਦਾ ਵੀ ਆਇਆ ਹੋਵੇ ਪਰ ਉਹਨਾਂ ਨੇ ਆਪਣੀ ਕਵਤਾ ਨੂੰ ਜੀ ਹੁੰਦੇ ਆ ਰੱਖਿਆ ਵੇਂਦਰਾ ਕਾਲਜ ਪਟਿਆਲਾ ਤੋਂ ਗਿੱਲ ਹੋਰਾਂ ਨੇ ਪੜ੍ਹਾਈ ਕੀਤੀ ਹੈ ਪ੍ਰੇਮ ਵਿਆਹ ਕਰਾ ਕੇ ਉਹ ਇੰਗਲੈਂਡ ਆ ਗਏ ਤੇ ਮੰਨੋਗੇ ਕਿ 22 ਸਾਲ ਮੈਜਿਸਟ੍ਰੇਟੀ ਕੀਤੀ ਹੈ ਗੁਰਵੰਸਕੌਰ ਗਿੱਲ ਹੋਣੀ 22 ਸਾਲ ਇੰਗਲੈਂਡ ਚ ਮੈਜਿਸਟ੍ਰੇਟ ਰਹਿਨੇ ਫਿਰ ਆਪਣਾ ਡਾਕ ਖਾਨਾ ਖੋਲ ਕੇ ਚਲਾਇਆ ਜ਼ਿਲ੍ਹਾ ਤੇ ਕਾਉਂਟੀ ਕਾਉਂਸਲਰ ਦੀ ਚੋਣ ਜਿੱਤ ਕੇ ਸੇਵਾ ਕੀਤੀ ਹੈ ਤੇ ਧੀ ਦੇ ਪਿੱਛੇ-ਪਿੱਛੇ ਆਪਣੀ ਬਿਮਾਰ ਪੋਤਰੀ ਦੀ ਦੇਖਪਾਲ ਲਈ ਉਹ ਵੀ 22 ਸਾਲ ਪਹਿਲਾਂ ਵਰਜੀਨੀਆ ਆ ਗਈ। ਇੱਕ ਕਵੀ ਦੀ ਜਾਂ ਕਵਿਤਰੀ ਦੀ ਜ਼ਿੰਦਗੀ 'ਚ ਜਦੋਂ ਅਜਿਹੇ ਮੋੜ ਤੇਜ਼ੀ ਨਾਲ ਕੱਟ ਹੁੰਦੇ ਹੋਣ ਜਦੋਂ ਪਤੀ ਦਾ ਸਾਥ ਬਹੁਤੀ ਬਹੁਤ ਛੇਤੀ ਚਲਾ ਗਿਆ ਹੋਵੇ ਉਦੋਂ ਕਵਤਾ ਤਾਂ ਹਰ ਇੱਕ ਦੇ ਅੰਦਰ ਉਪਜਦੀ ਹੈ ਪਰ ਲਿਖਣੀ ਕਿੰਨੇ ਆਖ ਨੂੰ ਆਉਂਦੀ ਆ ਲਿਖਦੇ ਕਿੰਨੇ ਕਨੇ ਇਹ ਵਿਚਾਰਨ ਵਾਲੀ ਗੱਲ ਹੁੰਦੀ ਹੈ ਮੈਂ ਉਹਨਾਂ ਦੀ ਇੱਕ ਕਵਤਾ ਤੁਹਾਡੇ ਨਾਲ ਸਾਂਝੀ ਕਰਦਾ ਔਰ ਤੁਹਾਨੂੰ ਲੱਗੇਗਾ ਕਿ ਉਮਰ ਕੀ ਆ ਉਮਰ ਕੋਈ ਪ੍ਰਭਾਵ ਨਹੀਂ ਪਾਉਂਦੀ ਗੁਰਬਖਸ਼ ਕੌਰ ਗੇਲ ਹੋਰੀ ਕਿਆ ਕਿ ਅੱਜ ਮੈਂ ਲੱਭਦੀ ਫਿਰਦੀ ਹਾਂ ਕੁਝ ਗਵਾਚੀਆਂ ਪੀੜਾਂ ਬਚਪਨ ਦਾ ਕਸੀਦਾ ਹੁਣ ਤੇ ਹੋਇਆ ਲੀਰਾਂ ਲੀਰਾਂ ਅੱਜ ਮੈਂ ਲੱਭਦੀ ਫਿਰਦੀ ਹਾਂ ਕੁਝ ਗਵਾਚੀਆਂ ਪੀੜਾਂ ਬਚਪਨ ਦਾ ਕਸੀਦਾ ਹੁਣ ਤਾਂ ਹੋਇਆ ਲੀਰਾਂ ਲੀਰਾਂ ਕਿੱਥੇ ਗਏ ਚਰਖੇ ਤੇ ਗਲੋਟੇ ਕਿੱਥੇ ਗਏ ਪੰਘੂੜੇ ਕੋਈ ਨਾ ਕੱਢਦੀ ਦੂਰੀ ਕੁੰਡ ਹੁਣ ਗੋਚੇ ਜਲੇਬੀ ਕੋਈ ਨਾ ਕੱਢਦੀ ਦੂਰੇ ਕੁੰਡ ਹੁਣ ਗਏ ਜਲੇਬੀ ਜੂੜੇ ਮੋਟਿਆਰਾਂ ਦੇ ਤੇ ਸਿਰ ਸੱਗੀ ਫੁੱਲ ਜਦ ਨੈਣ ਸੀ ਜਦ ਨੈਣ ਸੀ ਮੜਦੀ ਕਸ-ਕਸ ਕੇ ਮੀਡੀਆਂ ਕਰਦੀ ਵਿੱਚ ਮੋਤੀ ਸੀ ਜੜਦੀ ਇਹ ਜਵਾਨੀ ਦਾ ਵੇਲਾ ਯਾਦ ਤਾਂ ਆਉਂਦਾ ਹੈ ਖਿਆਲਾਂ 'ਚ ਤਾਂ ਘੁੰਮਦਾ ਹੈ ਪਰ ਇੱਕ ਲਪਚਾਨਣ ਦੀ ਰਾਹ ਸਖਵੰਸ ਕੋਰ ਗਿਲ ਹੁਰਾ ਨੇ ਇਹਨੂੰ ਸੰਭਾਲਣ ਦਾ ਯਤਨ ਕੀਤਾ ਇਹ ਤਕਰੀਬਨ ਅ 200 ਪੰਨਿਆਂ ਦੀ ਪੁਸਤਕ ਹੈ ਖਾਸੀਅਤ ਇਹ ਹੈ ਕਿ ਗਿਲ ਹੁਰਾ ਨੇ ਨਾਲ ਆਪਣੀ ਫੋਟੋ ਤੇ ਬਰਾ ਲਿਖਿਆ ਕਿ ਮੈਂ ਕਿਹੜੇ ਸਨ ਚ ਇਹ ਕਵਤਾ ਕਦੋਂ ਲਿਖੀ ਸੀ ਕਦੋਂ ਪਤੀ ਦਾ ਵਿਛੋੜਾ ਪਿਆ ਸੀ ਕਦੋਂ ਇੱਕ ਫੌਜੀ ਅਫਸਰ ਦੀ ਤੀ ਹੁੰਨ ਦੇ ਨਾਤੇ ਵਿਆਹ ਦੇ ਵੰਦਨਾ ਚ ਵਜੀ ਸੀ ਤੇ ਕਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਗੇ ਲਖਦੀ ਹੈ ਕਿ ਮੈਂ ਕਵਿਤਾ ਦੇ ਨਾਲ ਨਾਲ ਜਵਾਨ ਹੁੰਦੀ ਗਈ ਕਵਿਤਾ ਦੇ ਨਾਲ ਨਾਲ ਮੈਂ ਬੜਾ ਕੁਝ ਸਿੱਖਦੀ ਰਹੀ ਉਹ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਇਸ ਕਵਿਤਾ ਨੇ ਮੈਨੂੰ ਕਦੀ ਚੇਤਾ ਨਹੀਂ ਆਉਣ ਦਿੱਤਾ ਕਿ ਮੇਰੀ ਉਮਰ ਕੀ ਹੈ ਤੇ ਮੇਰੀ ਜ਼ਿੰਦਗੀ ਤੇ ਪ੍ਰਭਾਵ ਕੀ ਪੈ ਰਹੇ ਨੇ ਕਈ ਦੁੱਖ ਕਈ ਤਕਲੀਫਾਂ ਕਈ ਔਕਣਾ ਕਈ ਸੰਕਟ ਉਹਨੇ ਕਬਤਾ ਕਰਕੇ ਬੜੇ ਬੁਲੰਦ ਹੌਸਲੇ ਚ ਹੱਲ ਕੀਤੇ ਨੇ ਉਹ ਇੱਕ ਮਾਂ ਦਾ ਨਾਨੀ ਦਾ ਸਾਰੇ ਫਰਜ਼ ਨਿਭਾਰੀ ਹੈ ਉਹ ਧੀਆਂ ਦੀ ਮਾਂ ਆ ਪਰ ਉਹ ਪੰਜਾਬੀ ਸ਼ਾਇਰੀ ਚ ਇੱਕ ਸੇਤਮੰਦ ਮਾਵਦੋਬੀ ਪੁੰਮਕਾ ਨਿਭਾਰੀ ਹੈ ਗੁਰਵੰਸ ਕੌਰ ਗਿੱਲ ਹੁਰਾਂ ਦੀ ਪੁਸਤਕ ਇੱਕ ਲੱਪ ਚਾਨਣ ਦੀ ਹਲੇ ਗੱਲ ਕਰਾਂਗੇ ਪਰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਕਿਤਾਬਾਂ ਦੀ ਗੱਲ ਕਰ ਰਿਹਾ ਗੁਰਵੰਸ ਕੌਰ ਗਿੱਲ ਹੁਰਾਂ ਦੀ ਪੁਸਤਕ ਇੱਕ ਲੱਪ ਚਾਨਣ ਦੀ ਗੱਲ ਕਰ ਰਿਹਾ ਸ਼ਾਇਰੀ ਦੀ ਗੱਲ ਕਰ ਰਿਹਾ ਔਰਤ ਜੇ ਸ਼ਾਇਰੀ ਕਰਦੀ ਹੋਵੇ ਕਵਿਤਾ ਲਿਖਦੀ ਹੋਵੇ ਤੇ ਪੱਕੀ ਗੱਲ ਹੈ ਔਰ ਯਕੀਨਨ ਮੈਂ ਕਮਾਂਗਾ ਕਿ ਉਹਦੇ ਸੁਭਾਅ 'ਚ ਬੜੀਆਂ ਤਬਦੀਲੀਆਂ ਹੋਣਗੀਆਂ ਉਹਦੀ ਸੋਚ ਬੜਾ ਵੱਖਰਾਪਣ ਹੋਏਗਾ ਕਹਿੰਦੇ ਨੇ ਕਿ ਡੋਮੈਸਟਿਕ ਵਾਇਲੈਂਸ ਜਿਹਨੂੰ ਕਹਿੰਦੇ ਨੇ ਘਰੇਲੂ ਝਗੜੇ ਗ੍ਰੈਸ ਦੀ ਜ਼ਿੰਦਗੀ 'ਚ ਜਿਹੜਾ ਇਟਕੜਕਾ ਉਹਦੀ ਕਈ ਵਾਰੀ ਗੱਲ ਤਾਂ ਕਰਦੇ ਆਂ ਉਹਦਾ ਸੇਕ ਤਾਂ ਕਈ ਵਾਰੀ ਵੇਖਦੇ ਆਂ ਪਰ ਔਰਤ ਦੀ ਕਦੀ ਪੀੜਾ ਨੂੰ ਨਹੀਂ ਵੇਖਦੇ ਮੰਨਦੇ ਆਂ ਸੁਭਾਅ ਪੱਖੋਂ ਕਈ ਘਟਨਾਵਾਂ ਵੱਖ-ਵੱਖ ਘਰਾਂ 'ਚ ਅਲੱਗ-ਅਲੱਗ ਵਾਪਰਦੀਆਂ ਹੋਣਗੀਆਂ ਮੈਨੂੰ ਇੱਕ ਗੱਲ ਯਾਦ ਹੈ ਕਿ ਇੱਕ ਪਤਨੀ ਨੇ ਸਵੇਰੇ ਸਵੇਰੇ ਆਪਣੇ ਪਤੀ ਨੂੰ ਕਿਹਾ ਯਾਨੀ ਕਿ ਘਰ ਵਾਲੀ ਨੇ ਘਰ ਵਾਲੇ ਨੂੰ ਕਿਹਾ ਜੀ ਚਾਹ ਪੀ ਲਓ ਉਹ ਕਹਿੰਦਾ ਤੈਨੂੰ ਹਰ ਵੇਲੇ ਚਾਹ ਦੀ ਪਈ ਰਹਿੰਦੀ ਆ ਤੂੰ ਸੌਣ ਲੈਣ ਦਿੰਦੀ ਤੂੰ ਚਾਹ ਦਾ ਰੌਲਾ ਪਾ ਲਿਆ ਉਹ ਕਹਿੰਦੀ ਜੀ ਮੈਂ ਤਾਂ ਕਿਹਾ ਬਣੀਉ ਆ ਜੇ ਪਈ ਰਹੀ ਗਈ ਫੇਰ ਠੰਡੀ ਹੋ ਜਾਣੀ ਆ ਪੇ ਪੀ ਲੈਂਦੇ ਉਹ ਕਹਿੰਦਾ ਅੱਗੇ ਕੀ ਕਰਦੀ ਐ ਕਿਹੜਾ ਤੂੰ ਮਨੁਸਨਦਲ ਦਾ ਸ਼ਰਬਤ ਬਣਾਉਣ ਲੱਗੀਆਂ ਚਾਹ ਹੀ ਆ ਫੇਰ ਬਣ ਜਾਂਦੀ ਫੇਰ ਪੀ ਲਾਂਗੇ ਉਹ ਕਹਿੰਦੀ ਸੀ ਚਲੋ ਕੋਈ ਨਹੀਂ ਗਲਤੀ ਹੋ ਗਈ ਤੁਸੀਂ ਸੌ ਜਾ ਹੁਣ ਕਹਿੰਦਾ ਸਵਾਸ ਆਉਣਾ ਨੀਂਦ ਖਰਾਬ ਕਰਤੀ ਹੁਣ ਘੰਟੇ ਨੂੰ ਆਉਣੀ ਕਿ ਨਹੀਂ ਆਉਣੀ ਜਦ ਤੱਕ ਦਿਨ ਚੜ ਜਾਣਾ ਕਹਿੰਦਾ ਬਸ ਤੁਸੀਂ ਆਹੀ ਕੁਛ ਕਰਦੀਆਂ ਇੱਕ ਕਰਦਾਰ ਹੈ ਕਿ ਔਰਤ ਨੂੰ ਫੇਸ ਕਰਨਾ ਪੈਂਦਾ ਕਿ ਮਰਦ ਕੇਵਰੇ ਛੋਟੀਆਂ ਛੋਟੀਆਂ ਗੱਲਾਂ ਤੋਂ ਲੜਨ ਦੇ ਮੂਡ 'ਚ ਹੁੰਦਾ ਉਹ ਵੀ ਸਵੇਰੇ ਸਵੇਰੇ ਅਦੇਹੇ ਵਰਤਾਰੇ ਚੋਂ ਫਿਰ ਇੱਕ ਕਪਤਾਨ ਨਿਕਲਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਇਹ ਇੱਕ ਪਾਸੜ ਹੁੰਦਾ ਮੈਂ ਦੂਜਾ ਪਾਸਾ ਵੀ ਪੇਸ਼ ਕਰਨਾ ਕਿ ਇੱਕ ਪਤੀ ਘਰ ਆਇਆ ਉਹ ਘਰ ਵਾਲੀ ਨੂੰ ਕਹਿੰਦਾ ਵੀ ਸਵੇਰੇ ਆਪਾਂ ਯਾਤਰਾ ਤੇ ਚੱਲਣਾ ਵੀ ਕੱਪੜੇ ਲੀੜੇ ਰੱਖ ਲੈ ਹੁਣ ਉਹ ਆਪਣੇ ਸੁਭਾਅ ਲਈ ਆ ਉਹ ਕਹਿੰਦੀ ਮੇਰੇ ਕੋਲ ਕੱਪੜੇ ਲੀੜੇ ਹੈਗੇ ਕਿਹੜੇ ਆ ਉਹੀ ਦੋ ਸੂਟ ਆ ਕਹਿੰਦੀ ਛੋਟੇ ਜਿਹੇ ਅਟੈਚੀ ਚ ਆ ਜਾਣੇ ਆ ਰੱਖ ਲਾਂਗੀ ਉਹ ਕਹਿੰਦਾ ਮੈਂ ਤਾਂ ਤੈਨੂੰ ਇਹ ਪੁੱਛਿਆ ਨਹੀਂ ਵੀ ਤੇਰੇ ਕੋਲ ਕਿੰਨੇ ਆ ਵੀ ਕਾਹਦੇ ਚਾਉਣੇ ਆ ਉਹ ਕਹਿੰਦੀ ਠੀਕ ਐ ਤੂੰ ਨਹੀਂ ਪੁੱਛਦਾ ਤਾਂ ਵੀ ਕੋਈ ਗੱਲ ਨਹੀਂ ਪਰ ਯਾਤਰਾ ਤੇ ਜਾਣਾ ਕਿਹੜੀ ਉਮਰ ਚ ਉਤਰਿਆ ਫਿਰਦਾ ਇਹ ਕੋ ਗੱਲ ਆ 50 ਸਾਲਾਂ ਦਾ ਹੋ ਗਿਆ ਨਾਣੇ ਜਵਾਨ ਹੋ ਗਿਆ ਤੈਨੂੰ ਕਹਿੰਦੀ ਫੇਰ ਤੂੰ ਕਹਣਾ ਮੇਰੇ ਆਹ ਦੁੱਖਦਾ ਮੇਰੇ ਆਹ ਦੁੱਖਦਾ ਪੈਸਾ ਉਹਨਾਂ ਉਹ ਕਹਿੰਦਾ ਮੈਂ ਤੈਨਾਂ ਇੰਨੀਆਂ ਗੱਲਾਂ ਹੀ ਨਹੀਂ ਕੀਤੀਆਂ ਉਹ ਕਹਿੰਦੀ ਗੱਲਾਂ ਹੁਣ ਤੂੰ ਕੀ ਕਰਨੇ ਨੂੰ ਰਹਿ ਗਿਆ ਐਦਾਂ ਹੀ ਜ਼ਿੰਦਗੀ ਮੈਂ ਤਾਂ ਕੱਟ ਲਈ ਹੁਣ ਕਰਨੀ ਵੀ ਕੀ ਆ ਤੇ ਕਹਿੰਦੀ ਸਿਆਣਾ ਬਣ ਜਾ ਸੌਂ ਜਾ ਸਵੇਰ ਨੂੰ ਤਾਂ ਉੱਠਣ ਵੇਲੇ ਕਹਣਾ ਮਰੀਆਂ ਲੱਤਾਂ ਦੁਖਦੀਆਂ ਮੇਰਾ ਆਹ ਦੁਖਦਾ ਤੂੰ ਮਰ ਦਾ ਕੋਈ ਖਿਆਲ ਹੀ ਨਹੀਂ ਰੱਖਦਾ ਉਹ ਕਹਿੰਦਾ ਹੁਣ ਸੌਣਾ ਸਵਾ ਹੈ ਕਹਿੰਦਾ ਹੁਣ ਤਾਂ ਬਸ ਸਲਾਹਤਾ ਤੂੰ ਹੁਣ ਨੀਂਦੇ ਨਹੀਂ ਆਉਣੀ ਕਹਿੰਦਾ ਕਮਾਲ ਦੀ ਗੱਲ ਹੈ ਕੁਝ ਕਿਹਾ ਵੀ ਨਹੀਂ ਸਭ ਕੁਝ ਸੁਣ ਲਿਆ ਉਹ ਕਹਿੰਦੀ ਤੇਰੇ ਵਰਗੇ ਬੰਦਿਆਂ ਨਾਲ ਵੀ ਇਦਾਂ ਹੀ ਹੁੰਦੀ ਰਹੇ ਤਾਂ ਠੀਕ ਹੈ ਕਈ ਕਰਾਂ ਚ ਅਕਸਰ ਇਦਾਂ ਵੀ ਹੁੰਦਾ ਜਦੋਂ ਇਦਾਂ ਦੇ ਮਾਹੌਲ ਤੋਂ ਕਬਤਾ ਨਿਕਲਦੀ ਹੈ ਤੇ ਫਿਰ ਕੁਝ ਹੋਰ ਵੀ ਰੰਗ ਚੜਦੇ ਨੇ ਏ ਮੈਂ ਗੁਰਮੁਖ ਕੋਰ ਗਿਲ ਹੋਰਾਂ ਦੀ ਇੱਕ ਹੋਰ ਛੋਟੀ ਜਿਹੀ ਕਵਿਤਾ ਜਿਹੜੀ ਹੈ ਪਹਿਚਾਨ ਤੁਹਾਡੇ ਨਾਲ ਅ ਸ਼ੇਅਰ ਕਰਦਾ ਕਿ ਮੈਂ ਤਾਂ ਜੰਮੀ ਸੀ ਲਾਵਿਆਂ ਦੀ ਲਾਟ ਚੋਂ ਤੂਫਾਨਾਂ ਹਨੇਰੀਆਂ ਚੋਂ ਫੁੱਟਿਆ ਸੀ ਲਾਵਾ ਜਨਮ ਮੇਰਾ ਹੋਇਆ ਸੀ ਮੈਂ ਤਾਂ ਸਾਹਮਣਾ ਕਰਨਾ ਸੀ ਤੂਫਾਨਾਂ ਤੇ ਹਨੇਰੀਆਂ ਦਾ ਤੂੰ ਤਾਂ ਰੁਮਕ ਦੀ ਬਾਤੋਂ ਵੀ ਡਰ ਰਿਹਾ ਆਲਣਾ ਬਣਾਇਆ ਦੀਵਾ ਜਲਾਇਆ ਰੋਸ਼ਨੀ ਦੀਆਂ ਕਿਰਨਾਂ ਦੀ ਆਸ ਰੱਖ ਕੇ ਮੈਂ ਬਰਾਨਾ ਸਜਾਇਆ ਕੜਕ ਦੀ ਬਿਜਲੀ ਨੇ ਮੇਰਾ ਆਲਣਾ ਜਲਾਇਆ ਮੈਂ ਬਿਜਲੀ ਨੂੰ ਖਾ ਗਈ ਤੇ ਆਲਣਾ ਬਚਾ ਗਈ ਮੈਂ ਬਿਜਲੀਆਂ ਨੂੰ ਸਾੜ ਸੁੱਟਿਆ ਤੇ ਤੂੰ ਦੀਵੇ ਦੀ ਲੋ ਤੋਂ ਡਰਦਾ ਰਿਆ ਗੁਰਵੰਸਕੌਰ ਹੋਰਾ ਦੀ ਇਸ ਜੇ ਕਵਤਾ ਇਸ ਖੁੱਲੀ ਸ਼ੈਰੀ ਦੀ ਗੱਲ ਕਰਨੀ ਹੋਵੇ ਤਾਂ ਇਹਦੇ ਚੋਂ ਵੀ ਇੱਕ ਖਾਸ ਕਿਸਮ ਦੀ ਪੀੜਾ ਨਜ਼ਰੀ ਪੈਂਦੀ ਆ ਉਹ ਕਹਿੰਦੀ ਸੀ ਕਿ ਮੇਰਾ ਪਿਤਾ ਫੌਜੀ ਅਫਸਰ ਸੀ ਤੇ ਮੈਂ ਪ੍ਰੇਮ ਵਿਆਹ ਕਰਵਾਇਆ ਉਹ ਕਹਿੰਦਾ ਹੁੰਦਾ ਸੀਗਾ ਮੇਰਾ ਪਿਓ ਕਿ ਸਟੂਡੈਂਟ ਨਾਲ ਵਿਆਹ ਕਰਵਾਇਆ ਤੇ ਪੁਖਾਰੀ ਨਾਲ ਵਿਆਹ ਕਰਵਾਇਆ ਇੱਕੋ ਹੀ ਗੱਲ ਹੈ ਕਹਿੰਦੀ ਪਰ ਮੈਂ ਮੰਨੀ ਨਹੀਂ ਸਾਡਾ ਗ੍ਰਸਤੀ ਜੀਵਨ ਪਮੇ ਚੰਗਾ ਬਹੁਤ ਗੁਜ਼ਰਿਆ ਪਰ ਇੱਕ ਗੱਲ ਕਿ ਮੇਰਾ ਪਤੀ ਸਾਥ ਛੱਡ ਗਿਆ ਪਰ ਮੈਂ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗ ਮੰਨਦੀ ਆ ਮੇਰੀਆਂ ਧੀਆਂ ਮੇਰੇ ਪੁੱਤਰਾਂ ਨੂੰ ਨਾਲੋਂ ਕਿਤੇ ਵੱਧ ਨੇ ਉਹ ਇੰਗਲੈਂਡ ਰਿੰਦੀ ਸੀ ਇੰਗਲੈਂਡ ਛੱਡ ਕੇ ਵਰਜੀਨੀਆ ਇਸ ਕਰਕੇ ਆ ਗਈ ਕਿ ਉਹਦੀ ਦੋ ਤੀਨੋਂ ਇੱਕ ਖਾਸ ਕਿਸਮ ਦੀ ਬਿਮਾਰੀ ਨੇ ਘੇਰ ਲਿਆ ਤੇ ਉਹ ਆਪਣੀ ਦੋ ਤੀ ਦੀ ਸੇਵਾ ਲਈ ਇੱਥੇ ਆਈ ਤੇ ਪੱਕੇ ਤੌਰ ਤੇ ਹੁਣ ਅਮਰੀਕਾ ਵੱਸ ਗਈ ਪਰ ਪੱਕੇ ਤੌਰ ਤੇ ਉਹ ਕਵਿਤਰੀ ਵੀ ਆ ਉਹਦੀ ਕਵਿਤਾ ਹਰ ਵੇਲੇ ਬੋਲਦੀ ਆ ਉਹ ਸੁੱਤੇ ਸਿੱਧ ਵੀ ਕੁਝ ਕਵੇ ਤਾਂ ਇਹ ਸੱਚ ਹੈ ਕਿ ਉਹਦੀ ਕਵਿਤਾ ਜਿਹੜੀ ਆ ਬਹੁਤ ਕੁਝ ਕਹਿ ਜਾਂਦੀ ਹੈ ਪੰਜਾਬੀ ਸਵਾਚ ਸ਼ਾਮਲ ਹੈ ਕਿ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਗਵਾਂਡਸ ਕੀ ਹੋ ਰਿਹਾ ਸਾਡੇ ਨੇੜੇ ਕੀ ਹੋ ਰਿਹਾ ਖਾਸ ਤੌਰ ਤੇ ਇਹਨਾਂ ਮੁਲਕਾਂ 'ਚ ਤੇ ਮੈਨੂੰ ਵੀ ਜਦੋਂ ਪਤਾ ਲੱਗਾ ਕਿ ਗਰਮਾਸਕੌਰ ਗਿਲhuri ਵਰਜ਼ੀਨੀਆਂ ਵਸਦੇ ਨੇ ਉਹਨੇ ਮੇਰੇ ਨਾਲ ਅਪਰੋਚ ਕੀਤੀ ਅਸੀਂ ਬੜੇ ਚਿਰ ਤੋਂ ਇੱਕ ਦੂਜੇ ਨੂੰ ਜਾਣਦੇ ਆ ਤੇ ਇਸ ਕਰਕੇ ਵੀ ਹੁਣ ਜਾਣਨ ਲੱਗ ਪਿਆ ਕਿ ਉਹਨੇ ਇੱਕ ਕਲਪ ਚਾਨਣ ਦੀ ਗੱਲ ਕੀਤੀ ਆ ਮੈਂ ਵੀ ਗੱਲ ਹਲੇ ਕਰਾਂਗਾ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਤਿਕ ਤੰਦਾ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਕਿਤਾਬਾਂ ਦੀਆਂ ਅਸੀਂ ਬਾਤਾਂ ਪਾਉਨੇ ਆ ਹਲੇ ਵੀ ਇਹ ਵਕਤ ਹੈ ਕਿ ਇਹਨਾਂ ਮੁਲਕਾਂ ਚ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਕਿਤਾਬਾਂ ਪੜਨ ਦਾ ਜੇ ਸ਼ੌਕ ਪੈਦਾ ਕਰ ਗਏ ਤਾਂ ਸਫਲ ਹੋਵਾਂਗੇ ਕਿ ਅਸੀਂ ਵਿਰਾਸਤ ਦੀ ਵਿਆਖਿਆ ਆਪਣੇ ਆਪ ਕਰਵਾ ਰਹੇ ਹੋਵਾਂਗੇ ਪਰ ਇਹ ਹੈ ਕਿ ਅਸੀਂ ਤਾਂ ਹੁਣ ਅਖਬਾਰਾਂ ਪੜਨ ਦੀ ਆਦਤ ਤੋਂ ਵੀ ਪਰੇ ਹੁੰਦੇ ਜਾ ਰਹੇ ਹਾਂ ਠੀਕ ਹੈ ਡਿਜੀਟਲ ਦੁਨੀਆ ਇੰਟਰਨੈਟ ਦੀ ਦੁਨੀਆ ਤੇ ਨਾ ਪ੍ਰਭਾਵਾਂ ਤੋਂ ਅਸੀਂ ਬਚ ਵੀ ਨਹੀਂ ਸਕਾਂਗੇ ਪਰ اخلاقی ਤੇ ਵਿਰਾਸਤੀ ਕਦਰਾਂ ਕੀਮਤਾਂ ਨੂੰ ਜਿਉਂਦਿਆਂ ਰੱਖਣਾ ਵੀ ਸਾਡਾ اخلاقی ਫਰਜ਼ ਹੈ ਗੁਰਵੰਸਕੌਰ ਗਿੱਲ ਹੁਰਾਂ ਦੀ ਕਿਤਾਬ ਇੱਕ ਲਪ ਚਾਨਣ ਦੀ ਦੀ ਮੈਂ ਗੱਲ ਬੜੇ ਮਾਣ ਨਾਲ ਕਰ ਰਿਹਾ ਬੜੀ ਉਮਰ ਦਾ ਲੰਬਾ ਪੈਂਡਾ ਉਹਨਾਂ ਨੇ ਹਟਾ ਲਿਆ ਖਿਆਲ ਨਹੀਂ ਆਪੋ ਆਪਣੇ ਸੋਚ ਨਹੀਂ ਆਪੋ ਆਪਣੀ ਕਿ ਜਿਵੇਂ ਡਾਕਟਰ ਸਾਧੂ ਸਿੰਘ ਹਮਦਾਰ ਦੋਹਰੀ ਕਹਿੰਦੇ ਹੁੰਦੇ ਸੀ ਕਿ ਆਪੋ ਆਪਣਾ ਖਿਆਲ ਆਪੋ ਆਪਣੀ ਸੋਚ ਹੁੰਦੀ ਹੈ ਆਪੋ ਆਪਣਾ ਖਿਆਲ ਹੁੰਦਾ ਹੈ ਖੂਬਸੂਰਤ ਕੋਈ ਨਹੀਂ ਹੁੰਦਾ ਖੂਬਸੂਰਤ ਸਿਰਫ ਖਿਆਲ ਹੁੰਦਾ ਹੈ ਜਿਹੜਾ ਬੰਦਾ ਜ਼ਿੰਦਗੀ ਚ ਸੰਗੀ ਖਿਆਲ ਪੈਦਾ ਕਰਦਾ ਹੈ ਉਹਦੇ ਅੰਦਰਲਾ ਮਨ ਕੋਰੇ ਕਾਗਜ਼ ਵਰਗਾ ਹੁੰਦਾ ਹੈ ਕਿਉਂਕਿ ਅਕਲ ਸਰੀਰੋਂ ਉਪਦੇ ਵਾਂਗ ਖਿਆਲ ਵੀ ਅੰਦਰੋਂ ਆਉਂਦੇ ਨੇ ਜਿਹੜਾ ਅੰਦਰੋਂ ਭ੍ਰਿਸ਼ਟ ਹੈ ਉਹ ਬਾਹਰੋਂ ਇਮਾਨਦਾਰ ਨਹੀਂ ਹੋ ਸਕਦਾ ਜੇ ਇਮਾਨਦਾਰ ਹੋਣ ਦੀ ਗੱਲ ਕਰ ਰਿਹਾ ਤਾਂ ਇਹ ਸਮਝੋ ਕਿ ਉਹ ਡਰਾਮਾ ਕਰ ਰਿਹਾ ਇਸ ਸਾਰੀ ਪੁਸਤਕ ਨੂੰ ਪੜੋਗੇ ਤੇ ਤੁਹਾਨੂੰ ਲੱਗੇਗਾ ਕਿ ਗੁਰਵੰਸ ਕੌਰ ਗਿੱਲ ਹੋਰਾਂ ਨੇ ਇੰਨਾ ਕੁਝ ਕਹਿਣ ਦਾ ਯਤਨ ਕੀਤਾ ਚਾਹੇ ਉਹ ਖੁੱਲੀ ਕਵਿਤਾ ਦੇ ਰੂਪ ਚਾਹੇ ਉਹ ਵਹਿਰ ਚ ਉਹਦੇ ਚੋਂ ਮਿਲਦਾ ਬੜਾ ਕੁਝ ਹੈ ਅਸੀਂ ਕਦੇ ਸਾਹਿਤ ਪ੍ਰਤੀ ਖਾਸ ਤੌਰ ਤੇ ਕਵਤਾ ਪ੍ਰਤੀ ਗੈਰ ਗੰਭੀਰ ਨਹੀਂ ਹੁੰਦੇ ਦੁੱਖ ਵੀ ਇਹ ਆ ਕਿ ਅਸੀਂ ਕਵਤਾ ਤੋਂ ਦੂਰ ਹੀ ਨਹੀਂ ਹੋ ਰਹੇ ਅਸੀਂ ਉਹਨਾਂ ਕਈ ਗੱਲਾਂ ਤੋਂ ਦੂਰ ਹੋ ਰਹੇ ਆ ਜੋ ਸਾਡੀ ਜ਼ਿੰਦਗੀ 'ਚ ਕਈ ਨਵੇਂ ਮੋੜ ਲਿਆ ਸਕਦੀਆਂ ਨੇ ਖੇਤਰ ਕੋਈ ਵੀ ਹੋਵੇ ਠੱਬੀ ਮਾਰਾਂ ਦਾ ਯੁੱਗ ਕਦੇ ਵੀ ਨਹੀਂ ਮੁੱਕਿਆ ਸਫਰ ਕੋਈ ਵੀ ਹੋਵੇ ਲੱਤ ੜਾਉਣ ਵਾਲੇ ਲੋਕ ਟੱਕਰ ਦੇ ਰਹਿਣਗੇ ਪਰ ਜਿਨ੍ਹਾਂ ਨੇ ਸਫਰ ਦੇ ਪੈਂਡਾ ਤੈਅ ਕਰਨਾ ਹੁੰਦਾ ਹੈ। ਉਹਨਾਂ ਨੂੰ ਕਦੇ ਵੀ ਏੜ ਕੇ ਪ੍ਰਵਾਬਤ ਨਹੀਂ ਕਰਦੇ। ਜਿਨ੍ਹਾਂ ਅੰਦਰ ਹੱਠ ਹੋਵੇ ਉਹ ਵੱਡੇ ਵੱਡੇ ਅੜਿੱਕਿਆਂ ਨੂੰ ਵੀ ਫੁੱਲ ਸਮਝ ਕੇ ਉਹ ਪਰੇ ਚੱਕ ਕੇ ਰੱਖ ਦਿੰਦੇ ਨੇ। ਦੁੱਖ ਇਹ ਆ ਕਿ ਸਾਡੇ 'ਚ ਹੱਠ ਘਟ ਗਿਆ ਕਿਉਂਕਿ ਅਸੀਂ ਪਾਠਕ ਵਧੀਆ ਨਹੀਂ ਬਣ ਸਕੇ। ਪੰਜਾਬੀ ਬੋਲੀ ਪੰਜਾਬੀ ਭਾਸ਼ਾ ਪੰਜਾਬੀ ਸਭਿਆਚਾਰ ਦੇ ਵਿਕਾਸ ਜੇ ਕਿਤੇ ਊਣ ਤਾਈਆਂ ਦਾ ਅਸੀਂ ਜ਼ਿਕਰ ਕਰਦੇ ਆ ਤਾਂ ਇਹ ਵੀ ਗੱਲ ਮਨ ਚ ਰੱਖ ਲਓ ਵਸਾ ਲਓ ਕਿ ਅਸੀਂ ਆਪ ਗਲਤੀ ਕੀਤੀ ਹੈ ਅਸੀਂ ਉਹਨਾਂ ਕਿਤਾਬਾਂ ਨੂੰ ਬੜਾ ਕੁਝ ਬਸਾਰ ਕੇ ਪਿਛਾਂ ਤੱਕ ਕੇ ਰੱਖਿਆ ਹੋਇਆ ਜੋ ਕੁਝ ਪਿਛੇ ਢਣਾਵਾਂ ਨੇ ਪੰਜਾਬੀ ਚ ਤੇ ਪੰਜਾਬੀਆਂ ਨੂੰ ਵਿਖਾਇਆ ਉਹ ਇਸ ਕਰਕੇ ਵਾਪਰੀਆਂ ਨੇ ਇਸ ਕਰਕੇ ਸਫਲਤਾ ਮਿਲੀ ਆ ਕਿਉਂਕਿ ਸਾਡੀ ਪਿੱਠ ਤੇ ਸਾਨੂੰ ਪਛੋਕੜ ਬੜਾ ਕੁਝ ਸਕੋਂਦਾ ਹੈ ਕਵੀ ਦੀ ਕਲਪਨਾ ਚ ਭਾਵੇਂ ਅਸਮਾਨ ਹੋਵੇ ਤੇ ਚਾਹੇ ਉਹਦੇ ਦਿਲ ਵਿੱਚ ਜਜ਼ਬਾਤ ਜਜ਼ਬਾਤ ਹੋਣ ਪਿਆਰ ਹੋਵੇ ਉਹਨਾਂ ਤੋਂ ਜਿਹੜੀ ਕਵਤਾ ਨਿਕਲਦੀ ਹੈ ਉਹ ਕਈਆਂ ਦੀ ਰੂਹ ਤਾਜ਼ਾ ਕਰਦੀ ਹੈ ਕਈਆਂ ਨੂੰ ਨਵੇਂ ਸੰਕੇਤ ਦਿੰਦੀ ਹੈ ਜਿਹੜਾ ਕਵੀ ਪਿਆਰ ਦੇ ਸ਼ੇਰ ਬਹੁਤ ਵਧੀਆ ਢੰਗ ਨਾਲ ਪੇਸ਼ ਕਰੇ ਉਦੇ ਹਰ ਸ਼ੇਰ ਤੇ ਤਾੜੀਆਂ ਵੱਜਣ ਤਾਂ ਇਹ ਸਮਝ ਲਓ ਕਿ ਜਾਂ ਤਾਂ ਉਹਦੀ ਮੁਹੱਬਤ ਸਿਰੇ ਲੱਗੀ ਆ ਤੇ ਜਾਂ ਵਿਚਾਲੇ ਟੁੱਟੀ ਐ ਕਿਉਂਕਿ ਗਜ਼ਲ ਚ ਇਹ ਮੰਨਿਆ ਜਾਂਦਾ ਇਹ ਕਿਹਾ ਜਾਂਦਾ ਕਿ ਇਹ ਟੁੱਟੇ ਹੋਏ ਪਿਆਰ ਦੀ ਦਾਸਤਾਨ ਨੂੰ ਪੇਸ਼ ਕਰਨ ਚ ਸਾਹਿਤ ਦਾ ਖਾਸ ਕਰਕੇ ਪੰਜਾਬੀ ਸਾਹਿਤ ਦਾ ਬਹੁਤ ਵਧੀਆ ਜਿਹੜਾ ਉਹ ਰੰਗ ਹੈ ਸੁਖਮਾਨ ਸਕੋਰ ਗੇਲ ਹੁਰਾਂ ਦੀ ਪੁਸਤਕ ਬਿਜਲੀਆਂ ਤੇ 40 ਤੋਂ ਵੱਧ ਰਚਨਾਵਾਂ ਨੇ ਚੁੰਮਣ ਦੀ ਗੱਲ ਹੋਰੀਆ ਕਹਿੰਦੇ ਨੇ ਕਿ ਚੁੰਮਣ ਜਦੋਂ ਬੰਦਾ ਕਰਦਾ ਹੈ ਉਹਦੇ 'ਚ ਮੁਹੱਬਤ ਬਹੁਤ ਹੁੰਦੀ ਹੈ ਧੀ ਜਦੋਂ ਵੱਡੀ ਪ੍ਰਾਪਤੀ ਕਰਕੇ ਆਉਂਦੀ ਆ ਪੁੱਤ ਜਦੋਂ ਵੱਡੀ ਪ੍ਰਾਪਤੀ ਕਰਕੇ ਆਉਂਦਾ ਤੇ ਮਾਂ ਬਾਪ ਜਦੋਂ ਉਹਦਾ ਮੱਥਾ ਚੁੰਮਦੇ ਨੇ ਉਹਨਾਂ ਨੂੰ ਪੁੱਛ ਕੇ ਵੇਖਿਓ ਕਿ ਇਸ ਚੁੰਮਣ ਦੇ ਅਰਥ ਕੀ ਹੁੰਦੇ ਆ ਪਹਿਲਾ ਚੁੰਮਣ ਮਾਂ ਨੇ ਦਿੱਤਾ ਮਮਤਾ ਨਾਲ ਨਸ਼ਿਆਇਆ ਨਾਲ ਨਸ਼ਿਆਇਆ ਲੈ ਬੁੱਕਲ ਵਿੱਚ ਜਿਗਰ ਨਾਲ ਆ ਮਮਤਾ ਕੋ ਟਪਲਾਇਆ ਇਸ ਚੁੰਮਣ ਦੀ ਸ਼ੋ ਅਜੀਬੀ ਮੈਂ ਮਹਿਸੂਸੀ ਜਾਵਾ ਜਦ ਵੀ ਯਾਦ ਆਵੇ ਉਸ ਮਾਂ ਦੀ ਬੁੱਕ ਬੁੱਕ ਹੰਝੂ ਬਹਾਵਾ ਇੱਕ ਚੁੰਮਣ ਬਾਪ ਨੇ ਮੇਰੇ ਮੱਥੇ ਤੇ ਟਿਕਾਇਆ ਜਿਹੜੇ ਵੀ ਰਾਹਾਂ ਤੋਂ ਲੰਗੀ ਉਸਨੇ ਰਾਹ ਵਿਖਾਇਆ ਇਸ ਚੁੰਮਣ ਨੇ ਦਿੱਤੀ ਸ਼ਕਤੀ ਹਰ ਪਲ ਹਰ ਦਮ ਹਰ ਥਾਂ ਨਾ ਡਰ ਨੇਰੀ ਚਖੜਾਂ ਕੋਲੋਂ ਮੈਂ ਚੀਰ ਸੁਟੇ ਕਈ ਤੂਫਾਨ ਚੁੰਮਣ ਦਾ ਇੱਕ ਹੋ ਰੰਗ ਵੇਖੋ ਕਿ ਮੇਰੇ ਵੀਰੇ ਨੇ ਸਿਰ ਚੁੰਮ ਕੇ ਦਾਨ ਚੁੰਮਣ ਦਾ ਕੀਤਾ ਸਿਰ ਤੇ ਰੱਖ ਹੱਥ ਰੱਖਿਆ ਵਾਲਾ ਫਰਜ਼ ਇੱਕ ਪੂਰਾ ਕੀਤਾ ਹਰ ਔਕਰ ਵਿੱਚ ਹਰ ਔਕੜ ਵਿੱਚ ਬਣ ਕੇ ਰੱਖਿਆ ਕ ਜੀਵਨ ਸੌਕਾ ਕੀਤਾ ਇਸ ਚੁੰਮਣ ਦਾ ਮੁੱਲ ਕੋਈ ਨਾ ਤੁਰ ਦਰਗਾਹੋਂ ਮਿਲਦਾ ਕਈ ਚੁੰਮਣ ਮੇਰੀਆਂ ਭੈਣਾਂ ਦਿੱਤੇ ਡੂੰਗੀਆਂ ਸਾਂਝਾਂ ਵਾਲੇ ਰੰਗ ਬਰੰਗੇ ਸੁੰਦਰ ਜਜ਼ਵੇ ਸਾਜ ਸੁਗੰਧੀਆਂ ਵਾਲੇ ਇਹਨਾਂ ਨਾਲ ਜਗ ਭਰਿਆ ਪਰਿਆ ਕਦੇ ਨਾ ਕੱਲੀ ਮਹਿਸੂਸਾਂ ਹੱਸਦੀਆਂ ਬਸਦੀਆਂ ਰਹਿਣੇ ਪੈਮਾ ਭੈਣਾ ਇੱਕੋ ਅਰਜ਼ ਕਰਾਂ ਜਸਵੀ ਵਿਸ਼ੇ ਨੂੰ ਸੁਖਵੰਸ ਕੌਰ ਗਿੱਲ ਹੁਰਾਂ ਨੇ ਛੂਹਾ ਉਹਨੂੰ ਆਪਣੀ ਕਵਿਤਾ ਜਰੀਏ ਵਾਕੂ ਵੀ ਨਿਵਾਇਆ ਪੋਇਟਰੀ ਦੀਆਂ ਸ਼ਾਇਰੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਮੈਂ ਪੜ੍ਹੀਆਂ ਨੇ ਪੇਸ਼ ਕੀਤੀਆਂ ਨੇ ਉਹਨਾਂ ਦੀ ਗੱਲ ਕੀਤੀ ਆ ਪਰ ਗੁਰਵੰਸ ਕੌਰ ਗਿੱਲ ਹੁਰਾਂ ਦੀ ਇਹ ਪੁਸਤਕ ਇੱਕ ਲਪਚਾਨਣ ਚ ਖੁੱਲੀ ਕਵਿਤਾ ਜਰੀਏ ਜੋ ਇਕੱਠਾ ਹੋਇਆ ਮਿਲਦਾ ਹੈ ਉਸੇ ਦਾ ਆਪਣੇ ਆਪ 'ਚ ਇੱਕ ਮਸਾਲ ਹੈ ਅਸੀਂ ਦੁਆ ਕਰਾਂਗੇ ਕਿ ਸੁਖਵੰਸ ਘੌਰ ਹੋਰੀ ਹੋਰ ਕਪਤ ਲਿਖਣ ਇਹ ਬਹਾ ਇਦਾਂ ਚੱਲਦਾ ਰਹੇ ਪੰਜਾਬੀ ਸ਼ਾਇਰੀ ਦਾ ਮੂੰਹ ਮੱਥਾ ਖੋਰ ਸਵਾਰਿਆ ਜਾਂਦਾ ਰਹੇ ਕਿਤਾਬਾਂ ਦੀ ਗੱਲ ਕਰਦੇ ਰਵਾਂਗੇ ਅਗਲੀ ਅਗਲੇ ਹਫਤੇ ਕਿਸੇ ਅਗਲੀ ਕਿਤਾਬ ਦੀ ਗੱਲ ਕਰਾਂਗੇ ਕਿਸੇ ਹੋਰ ਕਿਤਾਬ ਦੀ ਗੱਲ ਕਰਾਂਗੇ ਪਰ ਤੁਹਾਡੇ ਉਡੀਰੇ ਪਰ ਥੋਡੇ ਹੰਗਾਰੇ ਦੀ ਉਡੀਕ ਰਹੇਗੀ ਅਸੀਂ ਉਡੀਕਾਂਗੇ ਆਸ ਕਰਾਂਗੇ ਕਿ ਇਸ ਮੁਹੱਬਤ ਦਾ ਸਰਨਾਮਾ ਹੋਰ ਵੱਡਾ ਕਰੋਗੇ ਫੀਡਬੈਕ ਦੇ ਸਕਦੇ ਹੋ info@justbroadcasting.com ਤੇ ja pura@justbroadcasting.com ਤੇ ਕੋਈ ਗਲਤ ਕੋਈ ਐਸਾ ਸ਼ਬਦ ਕਿਹਾ ਗਿਆ ਹੋਵੇ ਜੋ ਤੁਹਾਨੂੰ ਚੰਗਾ ਨਾ ਲੱਗੇ ਅਨਕੂਲ ਨਾ ਹੋਵੇ ਉਹਦੇ ਲਿਖੇ ਮਾ ਚਾਹਾਂਗਾ ਇਜਾਜ਼ਤ ਦਿਓ ਧੰਨਵਾਦ